ਖੋਜ ਕੇਂਦਰ ਡੈਲਪਰੰਗ ਵਿਖੇ ਗੋभी सरों ਦੀ ਕਨੋਲਾ ਕਿਸਮ ਜੀਐਸਸੀ7 ਦੇ ਬੀਜ ਉਤਪਾਦਨ ਲਈ 5 ਏਕੜ ਤੇ ਬਿਜਾਈ ਕੀਤੀ ਹੋਈ ਹੈ ਇਹ ਕਿਸਮ ਇੱਕ ਦਰਮਿਆਨੇ ਕੱਦ ਵਾਲੀ ਕਿਸਮ ਹੈ ਜਿਸ ਨੂੰ ਚਿੱਟੀ ਕੁੰਗੀ ਦਾ ਰੋਗ ਨਹੀਂ ਲੱਗਦਾ ਇਸ ਦੇ ਬੀਜ ਚਮਕੀਲੇ ਅਤੇ ਕਾਲੇ ਪੂਰੇ ਰੰਗ ਦੇ ਹੁੰਦੇ ਹਨ ਇਸ ਕਿਸਮ ਦਾ ਔਸਤ ਝਾੜ 9 ਕੁਆਂਟਲ ਪ੍ਰਤੀ ਏਕੜ ਹੈ ਅਤੇ ਇਸ ਵਿੱਚ ਤੇਲ ਦੀ ਮਾਤਰਾ 40% ਹੈ ਅਤੇ ਇਹ ਕਿਸਮ 154 ਦਿਨਾਂ ਦੇ ਵਿੱਚ ਪੱਕ ਜਾਂਦੀ ਹੈ ਸਰੋਂ ਦੀਆਂ ਕਨੋਲਾ ਕਿਸਮਾਂ ਦਾ ਝਾੜ ਪੁਰਾਣੀਆਂ ਕਿਸਮਾਂ ਨਾਲੋਂ ਜ਼ਿਆਦਾ ਹੈ ਅਤੇ ਇਹਨਾਂ ਤੋਂ ਬਨਾਇਆ ਤੇਲ ਵੀ ਮਨੁੱਖੀ ਸਿਹਤ ਲਈ ਲਾਭਕਾਰੀ ਹੈ ਸੋ ਕਿਸਾਨ ਵੀਰ ਸਰੋਂ ਦੀ ਬਜਾਈ ਦੇ ਸਮੇਂ ਉਹਨਾਂ ਕਿਸਮਾਂ ਨੂੰ ਤਰਜੀਹ ਦੇਣ ਜੋ ਵੱਧ ਝਾੜ ਦੇਣ ਦੇ ਨਾਲ-ਨਾਲ ਗੁਣਵੱਤਾ ਵਿੱਚ ਵੀ ਵਧੀਆ ਹੋਣ